ਰਾਗਵ ਚੱਡਾ ਨੂੰ ਸੁਪਰੀਮ ਕੋਰਟ ਨੇ ਅਹਿਮ ਹੁਕਮ ਦਿੱਤੇ ਨੇ ਤੇ ਹੁਣ ਮਾਫੀ ਮੰਗਣੀ ਪੈਗੀ ਰਾਸਵਾ ਮੈਂਬਰ ਰਾਗਵ ਚੱਡਾ ਨੂੰ ਮਾਫੀ ਮੰਗਣ ਦੇ ਅਹਿਮ ਹੁਕਮ ਕੀਤੇ ਨੇ ਜਿਸ ਵਿੱਚ ਕਿ ਸੁਪਰੀਮ ਕੋਰਟ ਵਿੱਚ ਜੋ ਸਸਪੈਂਸ਼ਨ ਦਾ ਮਾਮਲਾ ਸੀਗਾ ਰਾਸਵਾ ਤੋਂ ਤਾਂ ਉਸ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਨੇ ਰਾਗਵ ਚੱਡਾ ਨੂੰ ਹੁਕਮ ਦਿੱਤੇ ਆ ਕਿ ਤੁਸੀਂ ਹੁਣ ਜਿਹੜੇ ਰਾਜ ਸਭਾ ਦੇ ਚੇਅਰਮੈਨ ਨੂੰ ਉਹਨਾਂ ਤੋਂ ਮਾਫੀ ਮੰਗੋ ਤਾਂ ਇਸ ਦੇ ਚੱਲਦਿਆਂ ਇਸ ਮਾਮਲੇ ਤੇ ਅੱਗੇ ਜਿਹੜੀ ਆ ਫੈਸਲਾ ਆਉਣ ਦੀ ਮਿਤੀ ਆ ਉਹ ਦਿਵਾਲੀ ਤੋਂ ਬਾਅਦ ਰੱਖੀ ਗਈ ਆ ਤੇ ਦਿਵਾਲੀ ਤੋਂ ਬਾਅਦ ਇਸ ਤੇ ਵੱਡਾ ਫੈਸਲਾ ਆਏਗਾ ਫਿਲਹਾਲ ਹੁਣ ਬਿਨਾਂ ਸ਼ਰਤ ਤੋਂ ਰਾਗਵ ਚੱਡਾ ਨੂੰ ਮਾਫੀ ਮੰਗਣ ਲਈ ਕਿਹਾ ਗਿਆ ਇਸੇ ਦੇ ਦੌਰਾਨ ਵਕੀਰ ਦੇ ਜੋ ਜਾਣਕਾਰੀ ਸਾਹਮਣੇ ਆਈ ਹੈ ਵਕੀਲ ਬਾਰੇ ਰਾਗਵ ਚੱਡਾ ਦੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਮਾਫੀ ਮੰਗਣ ਲਈ ਤਿਆਰ ਹੈ ਰਾਜ ਸਭਾ ਮੈਂਬਰ ਰਾਗਵ ਚੱਡਾ ਮਾਫੀ ਮੰਗਣ ਲਈ ਤਿਆਰ ਨੇ ਕਿਉਂਕਿ ਉਹ ਸਭ ਤੋਂ ਘੱਟ ਉਮਰ ਦੇ ਨੇ ਅਤੇ ਉਹ ਪਹਿਲੀ ਵਾਰ ਜਿਹੜੇ ਰਾਜ ਸਭਾ ਪਹੁੰਚੇ ਨੇ ਤਾਂ ਅਜੇ ਇਹ ਵਿੱਚ ਉਹਨਾਂ ਨੂੰ ਮਾਫੀ ਮੰਗਣ ਚ ਕੋਈ ਝਿਜਕ ਵੀ ਨਹੀਂ ਹੈ ਅਤੇ ਜੋ ਵੀ ਉਹਨਾਂ ਤੋਂ ਕੋਈ ਗਲਤੀ ਹੋਈ ਹੈ ਤਾਂ ਉਸ ਤੇ ਉਹ ਮਾਫੀ ਮੰਗਣਗੇ ਤਾਂ ਉਧਰ ਸੁਪਰੀਮ ਕੋਰਟ ਨੇ ਜੋ ਰਾਸਵਾ ਵਿੱਚੋਂ सस्पेंशन ਕਰਨ सस्पेंस ਕਰਨ ਦਾ सस्पेंड ਕਰਨ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਸੀ ਉਸ ਤੇ ਅਹਿਮ ਸੁਣਵਾਈ ਹੋਈ ਹੈ ਤਾਂ ਸੁਪਰੀਮ ਕੋਰਟ ਨੇ ਰਾਗਵ ਚੱਡਾ ਨੂੰ ਆਦੇਸ਼ ਦਿੱਤੇ ਆ ਕਿ ਤੁਸੀਂ ਹੁਣ ਚੇਅਰਮੈਨ ਤੋਂ ਰਾਜ ਸਭਾ ਦੇ ਚੇਅਰਮੈਨ ਤੋਂ ਮਾਫੀ ਮੰਗੋ ਅਤੇ ਸਪੀਕਰ ਨਾਲ ਜਾ ਕੇ ਇਸ ਦੀ ਗੱਲਬਾਤ ਕਰੋ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਸੁਪਰੀਮ ਕੋਰਟ ਜਿਹੜਾ ਦੀਵਾਲੀ ਤੋਂ ਬਾਅਦ ਸੁਣ ਇਸ ਤੇ ਫੈਸਲਾ ਆਵੇਗਾ ਤੇ ਉਦੋਂ ਤੱਕ ਦਾ ਟਾਈਮ ਜਿਹੜਾ ਰਾਗਵ ਚੱਡਾ ਨੂੰ ਦਿੱਤਾ ਗਿਆ ਤਾਂ ਜਿੱਥੇ ਇੱਕ ਪਾਸੇ ਦੇਖਿਆ ਗਿਆ ਸੀਗਾ ਕਿ ਅਹਿਮ ਮੁੱਦੇ ਅਤੇ ਜਿਹੜੇ ਆ ਅਕਸਰ ਦਾਵਾ ਠੋਕਦੇ ਨੇ ਰਾਜ ਸਭਾ ਮੈਂਬਰ ਰਾਗਵ ਚੱਡਾ ਕਿ ਅਸੀਂ ਆਵਾਜ਼ ਬੁਲੰਦ ਕਰਦੇ ਆਂ ਤਾਂ ਉਧਰ ਉਹਨਾਂ ਨੂੰ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤਾ ਸੀ ਰਾਜ ਸਭਾ ਵਿੱਚੋਂ ਤਾਂ ਜਿਸ ਦੇ ਚੱਲਦੇ ਆਂ ਲੋਕ ਸਭਾ ਦੇ ਬਾਹਰ ਅਤੇ ਰਾਜ ਸਭਾ ਦੇ ਬਾਹਰ ਕਾਫੀ ਸਮਾਂ ਜਿਹੜਾ ਰੋਸ ਪ੍ਰਦਰਸ਼ਨ ਵੀ ਲੋਕ ਸਭਾ ਮੈਂਬਰ ਤੇ ਰਾਜ ਸਭਾ ਮੈਂਬਰਾਂ ਵੱਲੋਂ ਕੀਤਾ ਗਿਆ ਉਹ ਭਾਵੇਂ ਚਾਹੇ ਕਾਂਗਰਸ ਪਾਰਟੀ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਤਾਂ ਇੱਕ ਜੁੱਟ ਹੁੰਦੇ ਵੀ ਨਜ਼ਰ ਆਏ ਸੀਗੇ ਤਾਂ ਅਜਿਹੇ ਵਿੱਚ ਹੁਣ ਸੁਪਰੀਮ ਕੋਰਟ 'ਤੇ ਜਿਹੜਾ ਅਹਿਮ ਮਾਮਲਾ ਪਹੁੰਚਿਆ ਹੋਇਆ ਤੇ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਮਾਮਲਾ ਤਾਂ ਉਸ ਤੇ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਨੇ ਰਾਗਵ ਚੱਡਾ ਨੂੰ ਚੇਅਰਮੈਨ ਤੋਂ ਮਾਫੀ ਮੰਗਣ ਦੀ ਗੱਲ ਕਹੀ ਹੈ ਰਾਸਵਾ ਦੇ ਚੇਅਰਮੈਨ ਤੋਂ ਮਾਫੀ ਮੰਗਣ ਦੀ ਗੱਲ ਕਹੀ ਗਈ ਹੈ ਅਤੇ ਇਸ ਦੇ ਚੱਲਦਿਆਂ ਉਧਰ ਹੁਣ ਜੋ ਜਾਣਕਾਰੀ ਮਿਲ ਰਹੀ ਹੈ ਵਕੀਲ ਵੱਲੋਂ ਅਮੀ ਪਰਿ ਗਿਆ ਕਿ ਅਸੀਂ ਮਾਫੀ ਮੰਗ ਲਾਂਗੇ ਕਿਉਂਕਿ ਸਭ ਤੋਂ ਛੋਟੇ ਉਮਰ ਦੇ ਨੇ ਰਾਗਵ ਚੱਡਾ ਰਾਸਵਾ ਵਿੱਚ ਅਤੇ ਉਹ ਪਹਿਲੀ ਵਾਰ ਪਹੁੰਚੇ ਨੇ ਤਾਂ ਅਜੇ ਇਹ ਵਿੱਚ ਉਹਨਾਂ ਤੋਂ ਜੋ ਵੀ ਗਲਤੀ ਮਹਿਸੂਸ ਕੀਤੀ ਜਾ ਰਹੀ ਆ ਉਸ ਨੂੰ ਜ਼ਰੂਰ ਦੁਹਰਾਇਆ ਜਾਏਗਾ ਤੇ ਉਸ ਨੂੰ ਉਸ ਤੇ ਜ਼ਰੂਰ ਧਿਆਨ ਦਿੱਤਾ ਜਾਏਗਾ ਤੇ ਉਸ ਤੋਂ ਰਾਸਵਾ ਚੇਅਰਮੈਨ ਤੋਂ ਜ਼ਰੂਰ ਮਾਫੀ ਮੰਗੀ ਜਾਵੇਗੀ ਤਾਂ ਸੁਪਰੀਮ ਕੋਰਟ ਵਿੱਚ ਅੱਜ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਆ ਤੇ ਰਾਗਵ ਚੱਡਾ ਨੂੰ ਹੁਣ ਮਾਫੀ ਮੰਗਣੀ ਪੈਗੀ ਤਾਂ ਉਧਰ ਗੱਲ ਕਰ ਲੈਣੇ ਆ ਕਿ ਇਸ ਸਾਰੇ ਮਾਮਲੇ ਤੇ ਜਿਹੜਾ ਫੈਸਲਾ ਉਹ દિਵਾਲੀ ਤੋਂ ਬਾਅਦ ਜਿਹੜਾ ਆ ਸਕਦਾ ਸੁਪਰੀਮ ਕੋਰਟ ਵਿੱਚ દિਵਾਲੀ ਤੋਂ ਬਾਅਦ ਸੁਣਵਾਈ ਰੱਖੀ ਗਈ ਹੈ ਤਾਂ ਉੱਥੇ ਹੀ ਗੱਲ ਕਰ ਲਈਏ ਕਿ ਰਾਜ ਸਭਾ ਵਿੱਚ ਅਕਸਰ ਅਜਿਹੇ ਸ਼ਬਦ ਜਿਹੜੇ ਆ ਵਰਤੇ ਜਾਂਦੇ ਆ ਕਿ ਜਿਸ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਨੂੰ ਵੱਡਾ ਐਕਸ਼ਨ ਲੈਣਾ ਪਿਆ ਜਾਂਦਾ ਹੈ ਤੇ ਰਾਜ ਸਭਾ ਦੇ ਮੈਂਬਰ ਨੂੰ ਸਸਪੈਂਡ ਤੱਕ ਕਰਨਾ ਪੈਂਦਾ ਹੈ ਤਾਂ ਅਜਿਹੇ ਵਿੱਚ ਰਾਜ ਸਭਾ ਮੈਂਬਰ ਰਾਗਵ ਚੱਡਾ ਨੂੰ ਅਨਿਥੇ ਸਮੇਂ ਲਈ ਸਸਪੈਂਡ ਕਰ ਦਿੱਤਾ ਸੀ ਤਾਂ ਅਜਿਹੇ ਵਿੱਚ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਜਿਹੜਾ ਟਿੱਪਣੀ ਕੀਤੀ ਹੈ ਕਿ ਹੁਣ ਰਾਗਵ ਚੱਡਾ ਨੂੰ ਇਸ ਤੇ ਮਾਫੀ ਮੰਗਣੀ ਪਵੇਗੀ ਤਾਂ ਉਧਰ ਰਾਜ ਸਭਾ ਦੇ ਸਪੀਕਰ ਨੂੰ ਵੀ ਆਦੇਸ਼ ਦਿੱਤੇ ਆ ਕਿ ਇੰਨੇ ਲੰਬਾ ਸਮਾਂ ਜਿਹੜਾ ਉਹਨਾਂ ਨੂੰ ਬਰਖਾਸਤ ਨਹੀਂ ਕੀਤਾ ਜਾ ਸਕਦਾ ਇਸ ਤੇ ਵਿਚਾਰ ਕੀਤੀ ਜਾਵੇ ਤਾਂ ਇਸ ਦੇ ਲਈ ਜੋ ਕਮੇਟੀ ਆ ਕਮੇਟੀ ਵੀ ਬੈਠੇਗੀ ਅਤੇ 프리ਵਿਲੇਜ ਕਮੇਟੀ ਦੀ ਬੈਠਕ ਅੱਜ ਹੋਣ ਜਾ ਰਹੀ ਹੈ ਤਾਂ ਕੀ ਅੱਜ ਇਹ ਵੀ ਵੱਡੀ ਦੇਖਣ ਵਾਲੀ ਗੱਲ ਹੋਏਗੀ ਕਿ ਅੱਜ ਰਾਜ ਸਭਾ 프리ਵਿਲੇਜ ਕਮੇਟੀ ਦੇ ਅੱਗੇ ਕੀ ਰਾਜ ਸਭਾ ਮੈਂਬਰ ਮਾਫੀ ਮੰਗਣਗੇ ਜਾਨੀ ਕਿ ਰਾਗਵ ਚੱਡਾ ਅੱਜ ਮਾਫੀ ਮੰਗਣਗੇ ਅਤੇ ਬਲੇਜ਼ ਕਮੇਟੀ ਨੂੰ ਰਾਗਵ ਚੱਡਾ ਦੀ ਮਾਫੀ ਤੇ ਵੀ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਬਲੇਜ਼ ਕਮੇਟੀ ਨੂੰ ਰਾਗਵ ਚੱਡਾ ਦੀ ਮਾਫੀ ਤੇ ਵੀ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ ਕਿ ਇੰਨਾ ਸਮਾਂ ਲੰਬਾ ਤੁਸੀਂ ਇਹਨਾਂ ਨੂੰ ਸਸਪੈਂਡ ਨਹੀਂ ਕਰ ਸਕਦੇ ਅਤੇ ਅਜੇ ਇਹ ਵਿੱਚ ਇਸ ਤੇ ਵਿਚਾਰ ਕਰਕੇ ਜੇਕਰ ਮਾਫੀ ਮੰਗੀ ਜਾਂਦੀ ਹੈ ਤਾਂ ਉਸਤੇ ਕੋਈ ਨਾ ਕੋਈ ਜ਼ਰੂਰ ਫੈਸਲਾ ਲਿਆ ਜਾਵੇ ਹਾਲਾਂਕਿ ਸੁਪਰੀਮ ਕੋਰਟ ਵਿੱਚ ਇਸ ਤੇ ਫੈਸਲਾ ਜਿਹੜਾ ਦਿਵਾਲੀ ਤੋਂ ਬਾਅਦ ਆਏਗਾ ਤਾਂ ਅੱਜ ਜਿਹੜੇ ਰਾਜ ਸਭਾ ਦੀ ਪ੍ਰੀਵਲੇਜ ਕਮੇਟੀ ਵੱਲੋਂ ਮੀਟਿੰਗ ਕੀਤੀ ਜਾ ਰਹੀ ਆ ਉਸ ਵਿੱਚ ਅਹਿਮ ਦੇਖਣ ਵਾਲੀ ਗੱਲ ਹੋएगी ਕਿ ਅੱਜ ਰਾਜ ਸਭਾ ਮੈਂਬਰ ਰਾਗਵ ਚੱਡਾ ਵੱਲੋਂ ਮਾਫੀ ਮੰਗੀ ਜਾਂਦੀ ਹੈ ਤਾਂ ਮਾਫੀ ਦਾ ਮਾਮਲਾ ਆਇਆ ਸਾਹਮਣੇ ਇਸ ਦੇ ਚੱਲਦਿਆਂ ਹੁਣ ਸਪਰੀਮ ਕੋਰਟ ਨੇ ਵੱਡੀ ਅਹਿਮ ਟਿੱਪਣੀ ਜਿਹੜੀ ਆ ਕੀਤੀ ਆ ਤੇ ਰਾਗਵ ਚੱਡਾ ਨੂੰ ਹੁਕਮ ਦਿੱਤੇ ਆ ਆਦੇਸ਼ ਦਿੱਤੇ ਆ ਕਿ ਤੁਸੀਂ ਰਾਜ ਸਭਾ ਦੇ ਚੇਅਰਮੈਨ ਤੋਂ ਮਾਫੀ ਮੰਗੋ ਅਤੇ ਇਸ ਮਾਮਲੇ ਤੇ ਅੱਗੇ ਜਿਹੜਾ ਫੈਸਲਾ ਹੋ ਦਿਵਾਲੀ ਤੋਂ ਬਾਅਦ ਆ ਜਿਹੜਾ ਰੱਖਿਆ ਗਿਆ ਹੈ ਹਾਲਾਂਕਿ ਦਿਵਾਲੀ ਤੋਂ ਬਾਅਦ ਇਹ ਜਿਹੜੀ ਤਾਰੀਖ ਰੱਖੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਉਸ ਤੇ ਅਹਿਮ ਜਿਹੜਾ ਫੈਸਲਾ ਸੁਪਰੀਮ ਕੋਰਟ ਸੁਣਾ ਸਕਦਾ ਪਰ ਰਾਘਵ ਚੱਡਾ ਨੂੰ ਜਰੂਰ ਸੁਪਰੀਮ ਕੋਰਟ ਨੇ ਆਦੇਸ਼ ਜਾਰੀ ਕਰ ਦਿੱਤੇ ਆ ਕਿ ਫ੍ਰੀ ਬਲੇਸ ਕਮੇਟੀ ਅੱਗੇ ਪੇਸ਼ ਹੋਇਆ ਜਾਵੇ ਅਤੇ ਉਹਨਾਂ ਨੂੰ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਵੇ ਅਤੇ ਚੇਅਰਮੈਨ ਤੋਂ ਚੇਅਰਮੈਨ ਤੋਂ ਮਾਫੀ ਮੰਗੀ ਜਾਵੇ ਰਾਸ ਸਭਾ ਦੇ ਚੇਅਰਮੈਨ ਤੋਂ ਅਤੇ ਅਸੀਂ ਦੇਖਿਆ ਕਿ ਅਜਿੰਗੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਰਾਸ ਸਭਾ ਤੋਂ ਕਿ ਪਰ ਪਰਚੇ ਆ ਜਾਂ ਜਿਹੜੇ ਕਾਗਜ਼ ਹੁੰਦੇ ਆ ਉਹ ਫਾੜ ਕੇ ਸਪੀਕਰ ਤੇ ਸੁੱਟੇ ਜਾਂਦੇ ਆ ਜਿਸ ਦੇ ਚਾਲਦਿਆਂ ਸਪੀਕਰ ਵੱਲੋਂ ਕਈ ਅਹਿਮ ਵੱਡੇ ਐਕਸ਼ਨ ਲਏ ਜਾਂਦੇ ਆ ਤੇ ਉਸੇ ਦੇ ਚਾਲਦਿਆਂ ਰਾਸ ਸਭਾ ਮੈਂਬਰ ਵੱਲੋਂ ਇੱਕ ਅਹਿਮ ਜਿਹੜੀ ਆ ਆਪਣੇ ਮੁੱਦੇ ਤੇ ਟਿੱਪਣੀ ਕੀਤੀ ਜਾਂਦੀ ਆ ਜਿਸ ਦੇ ਚਾਲਦਿਆਂ ਉਹਨਾਂ ਨੂੰ ਅਣ ਮਿੱਥੇ ਸਮੇਲੇ ਜਿਹੜਾ ਸਸਪੈਂਡ ਕਰ ਦਿੱਤਾ ਜਾਂਦਾ ਹੈ ਤਾਂ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਸੀਗਾ ਰਾਜ ਸਭਾ ਮੈਂਬਰ ਰਾਗਵ ਚੱਡਾ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਂਦਾ ਹੈ ਤੇ ਰਾਗਵ ਚੱਡਾ ਨੂੰ ਅੱਜ ਅਹਿਮ ਟਿੱਪਣੀ ਜਿਹੜੀ ਕੀਤੀ ਆ ਸੁਪਰੀਮ ਕੋਰਟ ਨੇ ਕਿ ਤੁਸੀਂ ਇਸ ਮਾਮਲੇ ਵਿੱਚ ਮਾਫੀ ਮੰਗੋ ਅਤੇ ਇਸ ਤੇ ਫੈਸਲਾ ਜਿਹੜਾ ਉਹ ਦੀਵਾਲੀ ਤੋਂ ਬਾਅਦ ਆਵੇਗਾ ਪਰ ਉਧਰ ਅੱਜ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਰਾਜ ਸਵਾ ਪ੍ਰੀਵਿਲੇਜ ਕਮੇਟੀ ਦੀ ਬੈਠਕ ਵੀ ਹੋਣ ਜਾ ਰਹੀ ਹੈ ਤੇ ਇਸ ਵਿੱਚ ਪ੍ਰੀਵਿਲੇਜ ਕਮੇਟੀ ਨੂੰ ਵੀ ਅਹਿਮ ਜਿਹੜੇ ਆ ਹੁਕਮ ਦਿੱਤੇ ਗਿਆ ਕਿ ਰਾਗਵ ਚੱਡਾ ਦੀ ਮਾਫੀ ਤੇ ਵਿਚਾਰ ਕਿੱਤਾ ਜਾਵੇ ਵਿਚਾਰ ਕਰਨ ਦੀ ਸਲਾਹ ਜਿਹੜੀ ਉਹ ਦਿੱਤੀ ਹੈ ਸੁਪਰੀਮ ਕੋਰਟ ਨੇ ਅਤੇ ਅਜਿਹੇ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ ਇੰਨਾ ਲੰਬਾ ਸਮਾਂ ਜਿਹੜਾ ਸਸਪੈਂਡ ਨਹੀਂ ਕੀਤਾ ਜਾ ਸਕਦਾ ਰਾਜ ਸਭਾ ਮੈਂਬਰ ਨੂੰ ਅਤੇ ਇਸ ਦੇ ਚੱਲਦਿਆਂ ਸੁਪਰੀਮ ਕੋਰਟ ਨੇ ਅਹਿਮ ਜਿਹੜੇ ਹੁਕਮ ਦਿੱਤੇ ਆ ਜਿੱਥੇ ਰਾਗਵ ਚੱਡਾ ਨੂੰ ਤਾਂ ਉਧਰ ਪ੍ਰੀਬਲੇਜ਼ ਕਮੇਟੀ ਨੂੰ ਵੀ ਸਲਾਹ ਦਿੱਤੀ ਹੈ ਕਿ ਰਾਗਵ ਚੱਡਾ ਦੀ ਮਾਫੀ ਤੇ ਸਲਾਹ ਕਰੀ ਜਾਵੇ ਅਤੇ ਉਸ ਤੋਂ ਬਾਅਦ ਕੋਈ ਅਹਿਮ ਫੈਸਲਾ ਲਿਆ ਜਾਵੇ ਤਾਂ ਉੱਥੇ ਹੀ ਰਾਸਵਾ ਪ੍ਰੀਬਲੇਸ ਕਮੇਟੀ ਦੀ ਅੱਜ ਬੈਠਕ ਹੋਣ ਜਾ ਰਹੀ ਹੈ ਤਾਂ ਅਜੇ ਇਹ ਵਿੱਚ ਅਹਿਮ ਗੱਲ ਇਹੀ ਦੇਖਣ ਵਾਲੀ ਹੋਏਗੀ ਕਿ ਅੱਜ ਰਾਗਵ ਚੱਡਾ ਵੱਲੋਂ ਕੀ ਮਾਫੀ ਮੰਗੀ ਜਾਂਦੀ ਹੈ ਤਾਂ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਰਾਸਵਾ ਚੋ ਸਸਪੈਂਡ ਕੀਤਾ ਗਿਆ ਸੀਗਾ ਰਾਗਵ ਚੱਡਾ ਨੂੰ ਅਤੇ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ ਸੀ ਤਾਂ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਸੀ ਤਾਂ ਇਹ ਲੰਬੇ ਸਮੇਂ ਤੋਂ ਜਿਹੜਾ ਸੁਪਰੀਮ ਕੋਰਟ ਚ ਵਿਚਾਰ ਅਧੀਨ ਹੈ ਮਾਮਲਾ ਤਾਂ ਅਜੇ ਇਸ ਤੇ ਅੱਜ ਅਹਿਮ ਟਿੱਪਣੀ ਸਾਹਮਣੇ ਆਈ ਹੈ ਸੁਪਰੀਮ ਕੋਰਟ ਦੀ ਜਿਸ ਵਿੱਚ ਕਿ ਰਾਗਵ ਚੱਡਾ ਨੂੰ ਹੁਕਮ ਹੋਇਆ ਹੈ ਕਿ ਤੁਸੀਂ ਇਸ ਮਾਮਲੇ ਤੇ ਮਾਫੀ ਮੰਗੋ ਤਾਂ ਮਾਫੀ ਮੰਗਣ ਦੀ ਵੀ ਗੱਲ ਇਸ ਤੇ ਸਾਹਮਣੇ ਆਈ ਹੈ ਅਤੇ ਅਜੇ ਵਿੱਚ ਵਕੀਲ ਵੱਲੋਂ ਰਾਗਵ ਚੱਡਾ ਦੇ ਵਕੀਲ ਵੱਲੋਂ ਜੋ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਵੱਲੋਂ ਖਾਮੀ ਭਰੀ ਗਿਆ ਕਿ ਅਸੀਂ ਮਾਫੀ ਮੰਗਣ ਨੂੰ ਤਿਆਰ ਹਾਂ ਕਿਉਂਕਿ ਸਭ ਤੋਂ ਛੋਟੀ ਉਮਰ ਦੇ ਨੇ ਰਾਗਵ ਚੱਡਾ ਤੇ ਉਹ ਪਹਿਲੀ ਵਾਰ ਰਾਸਵਾ ਮਿਆਂ ਮੇ ਚ ਪਹੁੰਚੇ ਨੇ ਤਾਂ ਅਜੇ ਇਹ ਵਿੱਚ ਜੇ ਉਹ ਵੀ ਉਹਨਾਂ ਤੋਂ ਗਲਤੀ ਮਹਿਸੂਸ ਹੋਈ ਆ ਉਹਨਾਂ ਦੀ ਤਾਂ ਉਸਤੇ ਜ਼ਰੂਰ ਮਾਫੀ ਮੰਗੀ ਜਾਏਗੀ ਤਾਂ ਸੁਪਰੀਮ ਕੋਰਟ ਨੇ ਅਹਿਮ ਟਿੱਪਣੀ ਕੀਤੀ ਆ ਰਾਗਵ ਚੱਡਾ ਨੂੰ ਲੈ ਕੇ ਅਤੇ ਜੋ ਉਹਨਾਂ ਦਾ ਸਸਪੈਂਸ ਵਾਲਾ ਮਾਮਲਾ ਸੀਗਾ ਸਸਪੈਂਡ ਕਰਨ ਵਾਲਾ ਰਾਸਵਾ ਚੋਂ ਤਾਂ ਉਸਤੇ ਅੱਜ ਮਾਫੀ ਮੰਗਣ ਦੇ ਲਈ ਰਾਗਵ ਚੱਡਾ ਨੂੰ ਕਿਹਾ ਗਿਆ ਹੋਰ ਜਾਣਕਾਰੀ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟਿਵ ਨਾਲ